ਐਤਕੀ ਦਾ ਬਜਟ ਆ ਜਿਹੜਾ ਇਹਦੇ ਵਿੱਚ 17% ਗਰੋਥ ਆ। ਐਤਕੀ ਦਾ ਬਜਟ 23-24 ਦਾ 11,38,14,54,300 ਰੁਪਏ ਦਾ ਬਜਟ ਆ। ਔਰ ਇਹ ਬਜਟ ਜਿਹੜਾ ਆ ਇਹ ਬਜਟ ਦਾ ਇੱਕ ਤਕਰੀਬਨ 17% ਪਿਛਲੇ ਸਾਲ ਨਾਲੋਂ ਗਰੋਥ ਆ। ਔਰ ਇਹਦੇ ਵਿੱਚ ਜਿਹੜੇ ਅਸੀਂ ਹੁਣ ਖਰਚੇ ਰੱਖੇ ਪਹਿਲਾਂ ਤਾਂ ਮੈਂ ਸਪਸ਼ਟ ਕਰਦਿਆਂ ਕਈ ਅਣਜਾਣ ਪੁਣੇ ਦੇ ਵਿੱਚ ਹੀ ਕਹਿ ਦਿੰਦੇ ਘਾਟੇ ਵਾਲਾ ਬਜਟ, ਕੋਈ ਘਾਟੇ ਵਾਲਾ ਬਜਟ ਨਹੀਂ, ਬਜਟ ਪ੍ਰਪੋਜ਼ਡ ਹੁੰਦਾ, ਸਾਡਾ ਸਪਲੀਮੈਂਟ ਬਜਟ ਵੀ ਆਉਂਦਾ, ਉਹ ਜਿਹੜੇ ਵਾਧੇ ਘਾਟੇ ਹੁੰਦੇ ਉਹਨਾਂ ਦੀ ਫਿਰ ਉੱਥੇ ਪੂਰਤੀ ਕੀਤੀ ਜਾਂਦੀ ਆ। ਸੋ ਬਜਟ ਜਿਹੜਾ ਆ ਉਹ ਬਿਲਕੁਲ ਬੈਲੈਂਸ ਆ, ਕੋਈ ਘਾਟੇ ਦਾ ਬਜਟ ਨਹੀਂ। ਐਵੇਂ ਹੀ ਇੱਕ ਲਫ਼ਜ਼ ਆਪਾਂ ਸਰਕਾਰੀ ਫੜ ਲਿਆ ਵੀ ਬਜਟ ਘਾਟੇ ਦਾ, ਘਾਟੇ ਦਾ ਕੋਈ ਬਜਟ ਨਹੀਂ ਸੀ, ਉੱਥੇ ਵੀ ਸਾਰਾ ਉਹ ਕਲੈਰੀਫਾਈ ਕੀਤਾ। ਇਹਦੇ ਵਿੱਚ ਜਿਹੜਾ ਸਾਡਾ ਵੱਡਾ ਖਰਚ ਜਿਹਦੇ ਵਿੱਚੋਂ ਪ੍ਰਿੰਟਿੰਗ ਪ੍ਰੈਸਾਂ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਬਜਟ 1,173,90,92,84,300 ਰੁਪਈਏ। ਇਹ ਤੋਂ ਇਲਾਵਾ ਜਿਹੜਾ ਧਰਮ ਪ੍ਰਚਾਰ ਕਮੇਟੀ ਦਾ ਬਜਟ ਆ ਉਹ 90 ਕਰੋੜ ਰੁਪਈਏ ਆ। ਬਜਟ ਗੁਰਦੁਆਰਾ ਸਾਹਿਬਾਨ ਦਫ਼ਤਰ ਦਫ਼ਾ 85, ਇਹਨਾਂ ਦਾ ਬਜਟ 8,55,49,00,000 ਰੁਪਈਏ, ਜਿਹੜੇ ਦਫ਼ਾ 85 ਦੇ ਗੁਰਦੁਆਰਾ ਸਾਹਿਬਾਨ ਹੈ। ਬਜਟ ਵਿੱਦਿਅਕ ਅਦਾਰਿਆਂ ਦਾ 2,42,42,70,000 ਰੁਪਈਏ। ਇਹ ਜਿਹੜਾ ਸਾਡਾ ਹੈਗਾ ਇਹ ਪ੍ਰਪੋਜ਼ਡ ਐਤਕੀ ਦਾ ਬਜਟ ਆ। ਇਹਦੇ ਵਿੱਚੋਂ ਜਿਹੜੀਆਂ ਆਪਾਂ ਤਨਖਾਹਾਂ ਦਿੰਦੇ ਹਾਂ ਉਹ ਤਨਖਾਹਾਂ ਜਿਹੜੀਆਂ ਗੁਰਦੁਆਰਾ ਸਾਹਿਬਾਨ ਦੀਆਂ 2,44,57,30,000 ਰੁਪਈਏ। ਜਿਹੜਾ ਤਨਖਾਹ ਸਟਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ 85 ਦੇ ਗੁਰਦੁਆਰਾ ਸਾਹਿਬਾਨਾਂ ਦੇ ਇੰਪਲੋਈਜ਼ ਆ। ਸ਼੍ਰੋਮਣੀ ਕਮੇਟੀ ਦੀ 40,97,07,000 ਰੁਪਈਏ ਇਹ ਤਨਖਾਹਾਂ ਦੇ ਸਾਡੇ ਆ। ਇਸੇ ਤਰ੍ਹਾਂ ਧਰਮ ਪ੍ਰਚਾਰ ਕਮੇਟੀ, ਕਿਉਂਕਿ ਵੱਡੀ ਕਮੇਟੀ ਆ, ਉਹਦਾ ਜਿਹੜਾ 37,50,00,000 ਰੁਪਈਏ ਉਹ ਜਿਹੜੇ ਆ ਉਹਨਾਂ ਦੇ ਦਿੱਤੇ ਜਾਂਦੇ ਤਨਖਾਹਾਂ ਦੇ। ਤਨਖਾਹ ਜਿਹੜੀ ਸਟਾਫ ਦੀ, ਟੀਚਿੰਗ ਅਤੇ ਨੋਨ ਟੀਚਿੰਗ ਵਿੱਦਿਅਕ ਅਦਾਰਿਆਂ ਦੀ, ਇਹਦਾ ਬਜਟ ਮੈਂ ਤੁਹਾਨੂੰ ਪਹਿਲਾਂ ਦੱਸ ਸਕਿਆ 2,42,00,000 ਰੁਪਈਆ, ਪਰ ਇਹਦਾ ਜਿਹੜੀਆਂ ਤਨਖਾਹਾਂ 1,81,17,68,000 ਰੁਪਈਏ, ਇਹ ਜਿਹੜੀਆਂ ਇਹਨਾਂ ਦੀਆਂ ਤਨਖਾਹਾਂ ਆ ਟੀਚਿੰਗ ਅਤੇ ਨੋਨ ਟੀਚਿੰਗ ਸਟਾਫ ਦੀਆਂ। ਔਰ ਜਿਹੜੇ ਹੋਰ ਵਿਸ਼ੇਸ਼ ਖਰਚੇ ਜਿਹੜੇ ਆ ਉਹ ਵੀ 3,02,69,93,000 ਰੁਪਏ ਦੇ ਰੱਖੇ ਗਏ ਆ, ਜਿਨ੍ਹਾਂ ਦੇ ਵਿੱਚ ਵਿੱਦਿਅਕ ਅਦਾਰਿਆਂ ਲਈ ਵਿਸ਼ੇਸ਼ ਸਹਾਇਤਾ 30 ਕਰੋੜ ਰੁਪਈਏ। ਅਤੇ ਐਸਕੀ ਅਸੀਂ ਯਤਨ ਕੀਤਾ ਵੀ ਇਹ ਰੈਗੂਲਰ ਤਨਖਾਹ ਰਹੂਗੀ, ਜਿਹੜੇ ਇੰਪਲੋਈ ਸਕੂਲਾਂ ਕਾਲਜਾਂ ਦੇ ਵਿੱਚ ਆ ਉਹਨਾਂ ਨੂੰ ਵੀ ਅਸੀਂ ਇਹ ਬੇਨਤੀ ਕੀਤੀ ਸੀ ਵੀ ਪਹਿਲਾਂ ਵੀ ਆਪਣੀ ਮਿਹਨਤ ਕਰੋ, ਸਾਰੇ ਤਕੜੇ ਹੋ ਕੇ ਭਾਵੇਂ ਬੱਚੇ ਬਾਹਰ ਨੂੰ ਚਲ ਗਿਆ ਫਿਰ ਵੀ ਇਹਦੇ ਲਈ ਵਿੱਦਿਅਕ ਵਿਸ਼ੇਸ਼ ਸਹਾਇਤਾ ਜਿਹੜੀ 30 ਕਰੋੜ ਰੁਪਏ ਰੱਖੀ ਆ। ਪੰਥਕ ਕਾਰਜਾਂ ਲਈ ਖਰਚਾ, ਪੰਥਕ ਕਾਰਜ ਵੀ ਕਿਉਂਕਿ ਛੰਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਹੁਣ ਕੋਈ ਨਾ ਕੋਈ ਰੋਜ਼ ਮੁਹਿੰਮ ਰਹਿੰਦੀ ਆ, ਇਹਦੇ ਲਈ 2,90,00,000 ਰੁਪਈਏ ਜਿਹੜੇ ਆ ਉਹ ਰੱਖੇ ਗਏ ਆ। ਲੋਕ ਭਲਾਈ ਦੇ ਕਾਰਜ ਅਤੇ ਸਹਾਇਤਾ, ਇਹ ਕਿਉਂਕਿ ਵੱਡਾ ਆ ਲੋਕ ਭਲਾਈ ਦਾ ਕਾਰਜ, ਇਹਦੇ ਲਈ 25,11,00,000 ਰੁਪਈਏ ਜਿਹੜੇ ਆ ਉਹ ਰੱਖੇ ਗਏ ਆ। ਧਰਮ ਪ੍ਰਚਾਰ ਦੇ ਕਾਰਜਾਂ ਲਈ, ਕਿਉਂਕਿ ਵੱਡਾ ਇੰਪੋਰਟੈਂਟ ਵਿੰਗ ਆ ਸਾਡਾ ਇਹਦੇ ਲਈ 22,70,41,000 ਰੁਪਈਏ ਜਿਹੜੇ ਆ ਉਹ ਰੱਖੇ ਗਏ ਆ। ਫਿਰ ਕੜਾਹ ਪ੍ਰਸ਼ਾਦ ਦਾ ਖਰਚ 60,36,37,000 ਰੁਪਈਏ ਜਿਹੜਾ ਆ ਉਹ ਲਗਭਗ ਰੱਖਿਆ ਗਿਆ। ਅਖੰਡ ਪਾਠ ਸਾਹਿਬਾਂ ਦਾ ਖਰਚ 40,49,00,000 ਰੁਪਈਏ। ਖਰਚ ਲੰਗਰ ਦਾ ਅਤੇ ਹੋਰ ਖਰਚ ਜਿਹੜੇ 87,33,75,000 ਰੁਪਈਏ। ਸਭ ਤੋਂ ਵੱਡਾ ਸਾਡੇ ਬਿਜਲੀ ਦਾ ਖਰਚ ਆ, ਬਿਜਲੀ ਪਾਣੀ ਜਨਰੇਟਰ ਦਾ ਖਰਚ 30,29,40,000 ਰੁਪਈਏ। ਅਤੇ ਇੱਕ ਚੇਚੇ ਤੌਰ 'ਤੇ ਜਿਹੜਾ ਵਿਧਾਨ ਦਿੰਦੇ ਨੇ ਹੰਗ ਸਿੰਘਾਂ ਨੂੰ, ਉਹ ਵੀ ਕਿਉਂਕਿ ਕਈ ਵਾਰੀ ਗਿਣਤੀ ਨਹੀਂ ਹੁੰਦੀ, ਉਹ 3,50,00,000 ਰੁਪਈਆ, 3,50,00,000 ਰੁਪਈਏ ਦਾ ਇਹ ਨਿਹੰਗ ਸਿੰਘ ਜਿਹੜੀਆਂ ਸਾਡੀਆਂ ਜਥੇਬੰਦੀਆਂ ਆ ਇਹਨਾਂ ਨੂੰ ਅਸੀਂ ਆਪਣਾ ਇਹ ਵਿਧਾਨ ਦਿੰਦੇ ਹਾਂ ਜਿਹੜਾ ਬੱਝਾਇਆ ਹੁੰਦਾ ਕੈਟਾਗਰੀ ਵਾਈਜ਼। ਉਹ ਤੋਂ ਇਲਾਵਾ ਹੁਣ ਜਿਹੜਾ ਨਵਾਂ ਸਿਸਟਮ ਇੱਕ ਅਸੀਂ ਰੱਖਿਆ
वह हैगा सोलर सिस्टम के उत्ते जो फोकस करना। सोलर सिस्टम लई नवें दे विच बजट दे विच 4,72,00,000 रुपये जिहड़े आ उह रखे गए आ। और दरबार साहब अमृतसर विखे नवीआं इमारतां, क्योंकि बहुत बड़ा साडे लई विशेष तौर पर उहदा सिख करैक्टर गवा गया, मेरे वर्गे एसी रूम भालदे पर गुरु तां कहिंदा वी मेरे कोल आ जा, मेरे आके परकर्मा सौण वाले वाहगुरु करी जाई ते नाले वधिया रात गुजरूगी। पर चलो ये भी जरूरी आ, उहदे लई 24 करोड़ रुपये रखे आ। इदां ही एक जिहड़ी सिविल सर्विस अकैडमी आ जिहड़ी असीं ऐतकी लॉन्च कीती आ, उहदे साडे कोल बच्चों के आ गए असीं टैसट लै के इंटरव्यू लै के वह क्लासा चालू कर देनियां, उहदे लई 1 करोड़ रुपया विशेष रखा गया। इदां ही सब तो वड्डा, क्योंकि साडे विदेशों के विच भी साडा सारिआं दा मन छा पे विदेशों के विच भी जिहड़ा अपना वो सारे कार्ज किए जाण, ते मैनू खुशी भी आ कि समुचे तौर के उत्ते साढ़े न्यूजीलैंड तो दलजीत सिंह जिहड़ा आ इहनू श्रोमणी गुरद्वारा प्रबंधक कमेटी वालों न्यूजीलैंड दा जिहड़ा आ जिहड़ी अडवाइजरी असीं कमेटी बनाई आ NRI दी उहदे विच इहनू रखिआ, ते इहने वायदा कीता वी असीं ऑकलैंड दे विच एक वड्डा तुहानूं स्थान उहदी तमीर भी अपने कोलों करा के देवांगे, ते इहनू भी असीं इहदे विच सिस्टम 'च रखिआ। इस तरह ये विदेश के केंद्र स्थापित करन लई 7,09,00,000 रुपये, जिहदे विच साडा वड्डा जिहड़ा जूबा सिटी दे विच 14.5 एकड़ पैली पई आ सरदार दरदार सिंह बैंस ने दित्ती सी, ते उहदे साडे पैसे भी पए आ, उहदे हुण जतन करांगे कि इह बहुत सारे विदेशी सिखां ने ऑफरस भी दित्तियां, ते पहली नूं साडी मीटिंग भी आ उहनां दे नाल, उह उहनां दे नाल मीटिंग करके ये भी सारा उदन जतन करांगे। उहदे लई असीं 7,09,00,000 रुपये ते सिविल सर्विस लई 1 करोड़ रुपया वखरा जिहड़ा उह रखिआ। तो इस तरह भाईचारक भलाई लैब तो दवाखाना ये भी साडा जतन है, उहदे लई 60,00,000 रुपये रखे आ। तो विद्यक अदारियां दा नवीनीकरण, नवीनीकरण की हुंदा भई हुण समार्ट क्लासरूम जिहड़े आ उह उहनां समार्ट कारजां दे विच सानूं क्लासिज़ दे विच रेनोवेशन करनी पैंदी, उहनां लई 3 करोड़ रुपया रखिआ गया। इदां ही पंथक कारज जिहड़े आ साडे श्रोमणी गुरद्वारा प्रबंधक कमेटी नाल केस पंथक मुकदमियां लई 1,80,00,000 रुपया, बंदी सिंघां दी रिहाई ते पैरवी लई वकीलां नूं फीसां लई 35,00,000 रुपये वखरे रखे गए आ। इस तरह लंबे समय तो जिहड़े नज़रबंद सिंह उहनां दे परिवारां नूं सन्मान भत्ते दे तौर ते ते इमदाद दे तौर ते 30,00,000 रुपये रखे गए आ। शहीद ते जख्मी सिंघां दे परिवारां लई 35,00,000 रुपया, ते धर्मी फौजियां दे परिवारां लई क्योंकि कई नौकरियां भी करदे आ 10,00,000 रुपया रखिआ गया।